ਵਿਆਹ ਵਾਲੀ ਕੁੜੀ ਨੇ ਵਿਆਹ ਮੌਕੇ ਕਰਿਆ ਆ ਕੰਮ, ਲੋਕ ਕਹਿੰਦੇ ਕਿਵੇਂ ਡਰਾਮੇ ਕਰਦੀ ਏ। ਅਕਸਰ ਹੀ ਵਿਆਹ ਵਾਲੇ ਦਿਨ ਡੋਲੀ ਵਿਦਾ ਹੋਣ ਵੇਲੇ ਕੁੜੀਆਂ ਬਹੁਤ ਹੀ ਭਾਵੁਕ ਹੋ ਜਾਂਦੀਆਂ ਨੇ, ਕਿਉਂਕਿ ਜਿਸ ਘਰ ਵਿੱਚ ਉਹ ਜਨਮ ਲੈਂਦੀਆਂ ਨੇ, ਖੇਡਦੀਆਂ ਨੇ ਤੇ ਜਵਾਨ ਹੁੰਦੀਆਂ ਨੇ, ਉਹ ਘਰ ਕੁਝ ਹੀ ਪਲਾਂ ਵਿੱਚ ਹਮੇਸ਼ਾ ਲਈ ਪਰਾਇਆ ਹੋ ਜਾਂਦਾ ਏ। ਪਰ ਹੁਣ ਇੱਕ ਵਿਆਹ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਏ, ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ। ਦਰਅਸਲ ਜਿਸ ਕੁੜੀ ਦਾ ਵਿਆਹ ਹੋ ਰਿਹਾ ਹੈ ਉਹ ਵਰਮਾਲਾ ਪਾਉਣ ਸਮੇਂ ਤਾਂ ਬਹੁਤ ਭਾਵੁਕ ਹੋ ਜਾਂਦੀ ਏ ਅਤੇ ਰੋਣ ਲੱਗ ਜਾਂਦੀ ਏ, ਪਰ ਦੂਜੇ ਪਾਸੇ ਜਦੋਂ ਡੀਜੇ ਚੱਲਦਾ ਹੈ ਤਾਂ ਉਹੀ ਕੁੜੀ ਡੀਜੇ ਉੱਤੇ ਆਪਣਾ ਗੀਤ ਲਗਵਾ ਕੇ ਹੱਸ ਹੱਸ ਕੇ ਨੱਚਣ ਲੱਗਦੀ ਏ, ਜਿਸ ਨੂੰ ਦੇਖ ਕੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਦੇਖੋ ਕਿਵੇਂ ਡਰਾਮੇ ਕਰਦੀ ਏ। ਲੱਗਦਾ ਇਹਨੇ ਪਹਿਲਾਂ ਹੀ ਸੋਚ ਲਿਆ ਸੀ ਕਿ ਕਿਹੜੀ ਥਾਂ ਹੱਸਣਾ ਏ ਤੇ ਕਿਹੜੀ ਥਾਂ ਰੋਣਾ ਏ, ਤਾਂ ਹੀ ਤਾਂ ਰੋਂਦੀ ਰੋਂਦੀ ਹੱਸ ਹੱਸ ਨੱਚਣ ਲੱਗ ਗਈ। ਸੋ ਜੋ ਲੋਕ ਇਹ ਕਹਿ ਰਹੇ ਨੇ, ਸ਼ਾਇਦ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਜ਼ਰੂਰੀ ਨਹੀਂ ਹੁੰਦਾ ਕਿ ਰੋਂਦਾ ਰੋਂਦਾ ਕੋਈ ਹੱਸ ਨਹੀਂ ਸਕਦਾ ਅਤੇ ਹੱਸਦਾ ਹੱਸਦਾ ਕੋਈ ਰੋ ਨਹੀਂ ਸਕਦਾ। ਪਰ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ। ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।